जग में आए के क्या तुझ कर्म कमाया ए शरीरा मेरिया इस जग में आए के क्या तुझ कर्म कमाया क्या तुझ कर्म कमाया के कर्म कमाया तुझ शरीरा जा तू जग में आया के कर्म कमाया तुझ शरीरा जा तू जग में आया जा तू जग में आया जा तू जग में आया ए शरीरा मेरे आ इस जग में आए क्या तुझ कर्म कमाया ए शरीरा मेरिया इस जग में आए के क्या तुझ कर्म कमाया कर्म कमाया तुझ शरीरा जा तू जग में आया साहब बाणी विच बख्शिश करदे हन कि ऐ जीव तैनू संसार विच भेजिया सी सेवा सिमरन पर पुकार करन तू जो कुछ करना सी ओ तेनू विसरी गया के कर्म कमाया किदी अमोलक मनुच्छा देई वाहेगुरु ने तेनू बख्शी तू उना अमोलक श्वासा नू किवें कौडियां दे बदले रोलिया के कर्म कमाया तुद शरीरा जा तू जग में आया के कर्म कमाया तुझ शरीरा जा तू जग में आया जा तू जग में आया जा तू जग में आया ए शरीरा मेरिया इस जग में आएगे क्या तुझ कर्म कमाया ए शरीरा मेरिया इस जग में आएगे क्या तुझ कर्म कमाया हर तेरा रचन रचिया सो हर मन न बसाया जिन हर तेरा रचन रचिया सो हर मन न बसाया सो हर मन न बसाया सो हर मन न बसाया ए शरीरा मेरिया इस जग में आए के क्या तुझ कर्म कमाया ए शरीरा मेरिया इस जग में आए के क्या तुझ कर्म कमाया
ਆਇਆ ਤੁਧ ਕਰਮ ਕਮਾਇਆ। ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਪੂਰਬ ਲਿਖਿਆ ਪਾਇਆ, ਪੂਰਬ ਲਿਖਿਆ ਪਾਇਆ। ਏ ਸਰੀਰਾ ਮੇਰਿਆ ਇਸ ਜਗ ਮੇ ਆਏ, ਕਿਆ ਤੁਧ ਕਰਮ ਕਮਾਇਆ। ਏ ਸਰੀਰਾ ਮੇਰਿਆ ਇਸ ਜਗ ਮੇ ਆਏ, ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ। ਕਹੇ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਕਹੇ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਸਤਿਗੁਰ ਸਿਉ ਚਿਤ ਲਾਇਆ। ਏ ਸਰੀਰਾ ਮੇਰਿਆ ਇਸ ਜਗ ਮੇ ਆਏ, ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਸਫਲ ਜਨਮ ਗੁਰ ਚਰਨ ਸ਼ਰਨ ਕੈ, ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਸਰਵਣ ਅਮੋਲ ਗੁਰ ਬਚਨ ਤਰਨ ਕੈ। ਨਾਸ ਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰਦੇਵ ਸੇਵ ਸਫਲ ਕੈ, ਚਰਨ ਅਮੋਲ ਪਰਦਕਸ਼ਨਾ ਕਰਨ ਕੈ। ਇਹ ਸੰਸਾਰ ਤੇ ਆ ਕੇ ਜਪ ਜਪ ਕੇ ਇਸ ਮਨੁੱਖਾ ਜਨਮ ਨੂੰ ਸਫਲ ਕਰਨਾ ਸੀ, ਕਿਉਂਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਤੂੰ ਨਾਮ ਜਪਣ ਲਈ ਆਇਆ ਸਹਿਣ, ਸੇਵਾ ਸਿਮਰਨ ਪਰਵਕਾਰ ਕਰਨ ਲਈ ਆਇਆ ਸਹਿਣ। ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਤੂੰ ਕੋਈ ਪਰਵਕਾਰ ਨਾ ਕੀਤਾ, ਜਪ ਜਪ ਕੇ ਸਵਾਸ ਸਫਲ ਨਾ ਕੀਤੇ, ਤਾਂ ਫਿਰ ਤੇਰੇ ਨਾਲੋਂ ਪਸ਼ੂ ਚੰਗਾ ਹੈ। ਕਿਉਂਕਿ ਮਨੁੱਖ ਜਦੋਂ ਪੰਜ ਭੂਤਕ ਸਰੀਰ ਤਿਆਗ ਜਾਂਦਾ ਹੈ, ਤਾਂ ਇਸ ਦੀ ਦੇਹੀ ਅਗਨ ਭੇਟ ਕੀਤੀ ਜਾਂਦੀ ਹੈ। ਸਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਨਰੂ ਮਰੇ ਨਰ ਕਾਮ ਨਾ ਆਵੇ। ਮਨੁੱਖ ਮਰ ਜਾਏ ਤਾਂ ਸਵਾਹ ਦੀ ਮੁੱਠੀ ਰਹਿ ਜਾਂਦੀ ਹੈ, ਅਗਨ ਭੇਟ ਕੀਤਾ ਜਾਂਦਾ ਹੈ। ਪਸ਼ੂ ਮਰੇ ਦਸ ਕਾਜ ਸਵਾਰੇ, ਪਸ਼ੂ ਮਰਿਆ ਹੋਇਆ ਵੀ ਦਸ ਕਾਰਜ ਸਵਾਰ ਜਾਂਦਾ ਹੈ। ਉਸਦੇ ਚਮੜੇ ਦੇ ਜੋੜੇ ਬਣਦੇ ਹਨ, ਹੋਰ ਕਈ ਸਾਮਾਨ ਬਣਦੇ ਹਨ, ਹੱਡੀਆਂ ਕੰਮ ਆਉਂਦੀਆਂ ਹਨ,
ਉਸ ਦਾ ਮਾਸ ਅਨੇਕਾਂ ਜੀਵਾਂ ਦੀ ਖੁਰਾਕ ਬਣਦਾ ਹੈ। ਤੇ ਇਹ ਮਨੁੱਖ ਜੇ ਤੂੰ ਮਨੁੱਛਾ ਜਨਮ ਪ੍ਰਾਪਤ ਕਰਕੇ ਤੂੰ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਤਾਂ ਤੇਰੇ ਨਾਲੋਂ ਤਾਂ ਉਹ ਪਸ਼ੂ ਚੰਗਾ ਹੈ। ਇਸ ਲਈ ਇਹ ਸਰੀਰਾ ਮੇਰਿਆ, ਇਹ ਸਰੀਰਾ ਮੇਰਿਆ ਇਸ ਜਗ ਮੇਂ ਆਏਗੇ, ਕਿਆ ਤੁਧ ਕਰਮ ਕਮਾਇਆ। ਇਹ ਸਰੀਰਾ ਮੇਰਿਆ ਇਸ ਜਗ ਮੇਂ ਆਏਗੇ, ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇਂ ਆਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇਂ ਆਇਆ। ਆਇਓ ਲਾਭ ਲਾਭਨ ਕਹਿ ਤਾਈ, ਮੋਹਨ ਠਗੋਰੀ ਸੋ ਉਰਜ ਪਹਾ, ਕਾਚ ਬਾਦਰੇ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਲਹਾ। ਕਾਚ ਬਾਦਰੇ ਲਾਲ ਖੋਈ ਹੈ, ਕੱਚ ਦੇ ਬਦਲੇ ਲਾਲ ਦੇ ਬੈਠੇ, ਕੱਚ ਲੈ ਲਿਆਈ ਲਾਲ ਦੇ ਕੇ। ਬੜਾ ਸਿਆਣਾ ਨਿਕਲੇ, ਬੜੀ ਸਮਝਦਾਰੀ ਕੀਤੀ। ਸਾਹਿਬ ਕਿੱਡਾ ਉਲਾਂਭਾ ਦੇ ਰਹੇ ਹਨ ਕਿ ਕਾਚ ਬਾਦਰੇ ਲਾਲ ਖੋਈ ਹੈ। ਇਹ ਲਾਲਾਂ ਤੋਂ ਕੀਮਤੀ ਤੇਰੇ ਸਵਾਸ, ਤੇ ਤੂੰ ਕਿਵੇਂ ਉਜਾੜੇ, ਕਿਵੇਂ ਮਿੱਟੀ ਵਿੱਚ ਮਿਲਾਏ, ਜਿਨ੍ਹਾਂ ਦਾ ਮੁੱਲ ਕੌਡੀ ਵੀ ਨਾ ਪਿਆ। ਕਾਚ ਬਾਦਰੇ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਲਹਾਂ। ਇਹ ਅਵਸਰ ਫਿਰ ਕਦੋਂ ਮਿਲੇਗਾ। ਇਹ ਜੋ ਤੇਰੀ ਵਾਰੀ ਖੁੰਝ ਗਈ ਹੈ, ਫਿਰ ਕਦੋਂ ਆਵੇਗੀ, ਫਿਰ ਕਦੋਂ ਆਵੇ ਵਾਰੀ। ਵੱਵਾ ਵਾਰੀ ਆਈ ਹਾ ਮੂੜੇ, ਵਾਸ ਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪੜਿਆ। ਜਦੋਂ ਜਮਾਂ ਦੇ ਵਸ ਪੈ ਜਾਏਗਾ, ਜਮਾਂ ਨੂੰ ਆਖੇਗਾ ਭਾਈ ਉੱਥੇ ਸਤਸੰਗ ਹੈ, ਮੈਨੂੰ ਅੱਧੀ ਘੜੀ ਦੀ ਛੁੱਟੀ ਦੇ ਦਿਓ, ਮੈਂ ਕੀਰਤਨ ਸੁਣ ਲਵਾਂ। ਨਾ ਤੂੰ ਆਖਣ ਜੋਗਾ ਤੇ ਨਾ ਉਹਨਾਂ ਨੇ ਛੱਡਣਾ। ਇਹ ਤਾਂ ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਧ ਕਹਿਓ ਪੁਕਾਰ ਪੁਕਾਰ। ਤੈਨੂੰ ਪੁਕਾਰ ਪੁਕਾਰ ਕੇ ਗੁਰੂ ਕੀ ਬਾਣੀ ਕਹਿੰਦੀ ਰਹੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਹਾਂ ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਬਾਣੀ ਤੈਨੂੰ ਪੁਕਾਰ ਪੁਕਾਰ ਸਮਝਾਉਂਦੀ ਰਹੀ, ਪਰ ਤੂੰ ਇੱਕ ਨਾ ਮੰਨੀ। ਚਾਰ ਪੁਕਾਰੇ ਨਾ ਤੂੰ ਮੰਨੇ, ਚਾਰ ਪੁਕਾਰੇ ਨਾ ਤੂੰ ਮੰਨੇ, ਚਾਰ ਵੇਦ ਵੀ ਤੈਨੂੰ ਪੁਕਾਰਦੇ ਰਹੇ। ਭਾਈ ਮਨੁੱਛਾ ਜਨਮ ਜਪਣ ਲਈ ਮਿਲਿਆ, ਖੱਟ ਵੀ ਏਕਾ ਬਾਤ ਵਖਾਨ, ਛੇ ਸ਼ਾਸਤਰ ਵੀ ਪੁਕਾਰਦੇ ਰਹੇ, ਤੂੰ ਨਾ ਮੰਨਿਆ। ਦਸ ਅਸਤੀ ਮਿਲ ਏਕੋ ਕਿਹਾ, ਅਠਾਰਾਂ ਪੁਰਾਣਾਂ ਨੇ ਵੀ ਤੈਨੂੰ ਸਮਝਾਇਆ, ਤੂੰ ਇੱਕ ਨਾ ਮੰਨੀ।
दस अस्ती दस ते अठ अठारा मिल एको कया अठारा पुराना ने भी तेनु समझाया तो भी जोगी भेद ना लिया तो भी तेनु समझ ना आई ते तू गाफलों की तरह फिरियो मैनू किसे ने की आखना की पूछना किसे ने मेरे को ते जिस वेले आया वेला पुछन दा तेरी एक भी पेच जाएगी वड़ा हुआ दुनीदार गल संगल कत चलाया अगे करनी कीरत वाची है अगे ता भाई पूछा जाएगा कितना कु सिमरन कीता है ओ अमोलक स्वास जो लखी भी हाथ नहीं आ सकदे ते तू किस तरह उजाड़े तू निकारी नींद भी उना दा मुल ना पाया अमृत वेला तू सौके गुआ दिता इसलिए ए शरीरा मेरे आ इस जग में आए के ए शरीरा मेरे आ इस जग में आए के क्या तुद कर्म कमाया ए शरीरा मेरे आ इस जग में आए के क्या तुद कर्म कमाया के कर्म कमाया तुद शरीरा जा तू जग में आया के कर्म कमाया तुद शरीरा जा तू जग में आया जा तू जग में आया जा तू जग में आया ए शरीरा मेरे आ इस जग में आए के क्या तुद कर्म कमाया ए शरीरा मेरे आ इस जग में आए के क्या तुद कर्म कमाया क्या तुद कर्म कमाया थार हर कंपे बाला जियो ना जाना क्या कर सी पियो जिन्हां नूं स्वासां दी कीमत दा पता है ओ स्वास स्वास परमेश्वर दी भगती करदे होए भी हर वेले निर्मल भौ विच रहिंदियां ने हर वेले अकाल पुरख अगे बेनतियां करदियां ने हे वाहिगुरु मेरा निक्का जीव हर वेले थर थर कंब रिहा क्योंकि जो कुछ मैं करना सी ओ कुछ कीता नहीं थर हर कंपै बाला जियो ना जाना क्या कर सी पियो जदों मैं तेरी दरगाह विच पहुंचांगा पता नहीं मेरे कीते हुए कर्म थाए पैन जां ना पैन पता नहीं मेरा परिपूर्ण परमात्मा पिता मेरे नाल की वर्ताव करेगा कबीर जी कहंदे हन रहन गई मत दिन भी जाए ऐ मेरे मन जे जवानी रूपी तेरी रहन बिना जपन दे बीत गई है ता बुढ़ेपे रूपी दिन नू ही संभाल ले जितना कु सिमरन कर लेगा जितना सत्संग कर लेगा जितनी सेवा कर लेगा भाई तेरा मनुच्छा जन्म सफल हो जावेगा तेरे पुन वध जानगे इसलिए ए शरीरा मेरे आ इस जग में आए के क्या तुद कर्म कमाया ए शरीरा मेरे आ इस जग में आए के क्या तुद कर्म कमाया
के कर्म कमाया तुद शरीरा जा तू जग में आया के कर्म कमाया तुद शरीरा जा तू जग में आया जा तू जग में आया जा तू जग में आया ए शरीरा मेरे आ इस जग में आएगे क्या तुद कर्म कमाया। कबीर जी शहर करन जाया करदे सन ते रस्ते विच की तकना एक नौजवान अपने आप नूं सवार रहा ते जदों सैर करके वापस मुड़ना फिर भी ओयो कुछ वेखना। कबीर जी ने इस नौजवान नूं अपने पास बुला के कई वेरां समझाया पाई इस नूं जप जप के सिमरन करके मनुच्छा देही नूं सफल कर ले। जितना कु समा तू अपने आप नूं सवारन ते लाउंदा है इतना कु समा जे परमेश्वर दी भगती विच ला लवे तां तेरा संसार ते आया सफल हो सकदा है। पर इस नौजवान ने एक नहीं मनी जिन भगतन का कहा ना मानो कियो अपना पई है। समा पा के ए नौजवान किते जंगल विच शरीर त्याग गया इसदी देही भी रुल गई। अज मुद्दत दे बाद जदों कबीर जी जा रहे सन सैर कर दे ते की तकिया मनुख दी खोपरी है ते ऊपर कौआ बैठा है चुंझ सवार रहा। अंतर दृष्टि नाल जदों तकिया के ए तां ओसे ही नौजवान दा ए शरीर है काश के ए भगती कर लेंदा परमेश्वर दी बंदगी कर लेंदा तां अज इसदा ए हाल ना होंदा। कबीर जी ने शब्द उचारण कीता जै सिर रच रच बांधत पाग जिस सिर ते बड़िया सवार सवार पट्टियां बना के पगां बनदा सी सो सिर चुंच सवारे काग। आख्या मैं उस सिर नूं देखिया के कौआ बैठा उस खोपरी ते मैले वाली चुंज सवार रहा सी। जै सिर रच रच बांधत पाग सो सिर चुंच सवारे काग इस तन धन का क्या गर्भैया। आख्या इस तन ते तन दा क्यों गर्व करदा है क्यों हंकार करदा है। ओ मेरे मन राम नाम काहे ना दृढ़ैया तू राम नाम क्यों नहीं जपदा। आ वेख लै जिन्हां ने नहीं जपया की हालत हो रही है। इसलिए कहत कबीर सुनो मन मेरे यही हवाल होएंगे तेरे जे तुम ही नाम नहीं जपेगा ता फिर तेरा भी हाल यही होवेगा। इसलिए ए शरीरा मेरिया ए शरीरा मेरिया इस जग में आए के क्या तुझ कर्म कमाया। ए शरीरा मेरे आ इस जग में आए के क्या तुझ कर्म कमाया क्या तुझ कर्म कमाया। जिन हर तेरा रचन रचिया
सो हर मन न बसाया। जिन हर तेरा रचन रचिया, सो हर मन न बसाया। सो हर मन न बसाया, सो हर मन न बसाया। ए शरीरा मेरे आ इस जग में आए गे, क्या तुद कर्म कमाया। सहबाणी विच बख्शिश करदे हन भाई, तू बेशक सारी रात ना तपस्या कर, लेकिन एक वेला बना ले भाई अमृत वेले इतने बजे उठ के, हे प्रभु तेरा सिमरन जरूर करेंगे। क्योंकि जदों रात नू पहली जाग आउंदी है तां मनुख दी नींद पूर्ण हो चुकी होंदी है, बाकी जो असी पए रहंदे हां ए साडा आलस है। ते नाल तां भाई नितनेम जाएगा, नाल तां तेरे बाणी जाएगी। इस लई गुरसिख दा अमृत वेला सच नाओ प्रभु दिया वड्याईयां दा वेला, ते जे कोई सौं के बतीत कर देवे तां प्यारी साध संगत ए मनुच्छा जन्म मुड़ पता नहीं मिले के ना मिले। इस लई इस नूं जप जप के सफल करना है। अमृत वेले उठिए, इशनान करिए, ते फिर जपना है श्री वाहे गुरु। उस परमेश्वर दा नाम जपन दे नाल भाई फिर तेरा ए लोक भी सुखी होवेगा, परलोक भी सुहेला होवेगा। ए गुरु अमरदास पातशाह जी दा पवित्र शब्द, ए शरीरा मेरिया इस जग में आए के, ए शरीरा मेरे आ इस जग में आए के, क्या तुझ कर्म कमाया। के कर्म कमाया तुझ शरीरा, जा तू जग में आया। के कर्म कमाया तुझ शरीरा, जा तू जग में आया। जा तू जग में आया, जा तू जग में आया। ए शरीरा मेरे आ इस जग में आए गे, क्या तुझ कर्म कमाया। क्या तुझ कर्म कमाया, क्या तुझ कर्म कमाया। चल गई फरीदा लोका आपो अपनी, मैं अपनी पई नैनो देखत एह जग जाई। नैनो देखत एह जग जाई, नैनो देखत उपजे निपजे निपज समाई। उपजे निपजे निपज समाई,
नैनू देखत एह जग जाई नैनू देखत लाज न मरो कहो घर मेरा लाज न मरो कहो घर मेरा अंत की बार नहीं कछ तेरा अंत की बार नहीं कछ तेरा नैनू देखत एह जग जाई नैनू देखत उपजे निपजे निपज समाई नैनू देखत एह जग जाई नैनू देखत अनक जतन कर काया पाली अनक जतन कर काया पाली मरती बार अगन संग जाली मरती बार अगन संग जाली नैनो देखत जग जाई नैनो देखत एह जग जाई नैनो देखत उपजे निपजे निपज समाई उपजे निपजे निपज समाई नैनो देखत एह जग जाई नैनू देखत चोहा चंदन मर्दन अंगा चोहा चंदन मर्दन अंगा सोतन जले काठ के संगा हाड जरे जोला कुरी हाड जले ज्यों लाकुरी केस जरे ज्यों कास एह जग जरता देख के भय कबीर उदास चोहा चंदन मर्दन अंगा चोहा चंदन मर्दन अंगा सोतन जले काठ के संगा हाड जले जैसे लकड़ी का तूला केस जले जैसे काश का पूला कहत कबीर तब ही नर जागे जम का डंड मूंड में लागे चोहा चंदन मर्दन अंगा चोहा चंदन
ਮਰਦਨ ਅੰਗਾ ਸੋਤਨ ਜਲੇ ਕਾਠ ਕੇ ਸੰਗਾ ਨੈਨੋ ਦੇਖਤ ਇਹ ਜਗ ਜਾਈ ਨੈਨੋ ਦੇਖਤ ਇਹ ਜਗ ਜਾਈ ਨੈਨੋ ਦੇਖਤ ਨੈਨੋ ਦੇਖਤ ਇਹ ਜਗ ਜਾਈ ਲੰਕਾ ਸਾ ਕੋਟ ਸਮੁੰਦਰ ਸੀ ਖਾਹੀ ਤੈਂ ਰਾਵਣ ਘਰ ਖਬਰ ਨਾ ਪਾਈ ਕਿਆ ਮੰਗੋ ਕਿਛ ਥਿਰ ਨਾ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਦੇਖਤ ਨੈਣ ਚਲਿਓ ਦੇਖਤ ਨੈਣ ਚਲਿਓ ਜਗ ਜਾਈ ਜਿਸ ਕਾਰਨੋਂ ਤੂੰ ਆਪਣਾ ਘਰ ਸਮਝਿਆ ਅਸਲ ਵਿੱਚ ਉਹ ਤੇਰਾ ਘਰ ਨਹੀਂ ਉਸ ਘਰ ਵਿੱਚ ਤੂੰ ਕੇਵਲ ਚਾਰ ਪੈਰ ਰਾਤਰੀ ਦੇ ਹੀ ਕੱਟਣ ਲਈ ਆਇਆ ਤੇਰਾ ਕੋਈ ਹੋਰ ਘਰ ਹੈ ਜਿੱਥੋਂ ਤੂੰ ਆਇਆ ਹੈ ਤੈਂ ਉੱਥੇ ਜਾਣ ਤੂੰ ਇੱਥੇ ਆਇਆ ਨਾਮ ਦਾ ਵਣਜ ਕਰਨ ਲਈ ਤੇ ਤੂੰ ਆਪਣਾ ਘਰ ਇੱਥੇ ਬਣਾ ਬੈਠਾ ਕੋਈ ਸਰਾਏ ਨੂੰ ਆਪਣਾ ਘਰ ਬਣਾ ਪਵੇ ਉਹਨੂੰ ਕੋਈ ਸਿਆਣਾ ਕਵੇਗਾ ਕੋਈ ਨਹੀਂ ਕਹੇਗਾ ਇਸੇ ਤਰ੍ਹਾਂ ਇਹ ਸੰਸਾਰ ਇੱਕ ਸਰਾਏ ਹੈ ਇਹ ਸੰਸਾਰ ਇੱਕ ਸੁਪਨਾ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬੈਰਾਗਮਈ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਇਨਮੇ ਕੁਛ ਸਾਚੋ ਨਹੀਂ ਜਿਨ੍ਹਾਂ ਨੂੰ ਤੂੰ ਸੱਚ ਮੰਨੀ ਬੈਠਾ ਉਹ ਸੱਚ ਨਹੀਂ ਹੈ ਉਹ ਝੂਠ ਹੈ ਇਹ ਸਰੀਰ ਵੀ ਸੱਚ ਨਹੀਂ ਕਿਉਂਕਿ ਜੇ ਕੋਈ ਕਵੇ ਮੈਂ ਸਦਾ ਲਈ ਜਿਉਂਦੇ ਰਹਿਣਾ ਤਾਂ ਇਹਦੇ ਵਰਗਾ ਝੂਠ ਕੋਈ ਨਹੀਂ ਤੇ ਜੇ ਕੋਈ ਕਵੇ ਮੈਂ ਚਲੇ ਜਾਣਾ ਇਹਦੇ ਵਰਗਾ ਸੱਚ ਨਹੀਂ ਹੈ ਮਰਨਾ ਸੱਚ ਹੈ ਜਿਉਣਾ ਝੂਠ ਹੈ ਬੜੇ ਬੜੇ ਪੀਰ ਪੈਗੰਬਰ ਔਲੀਆ ਅਵਤਾਰ ਸੰਸਾਰ ਤੇ ਆਏ ਪਰ ਇਹ ਪੰਜ ਭੂਤਕ ਸਰੀਰ ਤਿਆਗਣਾ ਹੀ ਪਿਆ ਪਰ ਇਹ ਮਤ ਜਾਣੋ ਸਾਰੇ ਚਲੇ ਗਏ ਨਹੀਂ ਕੁਝ ਰਹਿ ਵੀ ਜਾਂਦੇ ਹਨ ਕੌਣ ਰਹਿ ਜਾਂਦੇ ਹਨ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰ ਕਰਕੇ ਸਫਲ ਕੀਤੀ ਨਾਮ ਰਹਿੋ ਸਾਧੂ ਰਹਿੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਨ ਜਿਨ੍ਹਾਂ ਨੇ ਨਾਮ ਜਪਿਆ ਭਾਈ ਉਹ ਬੇਸ਼ੱਕ ਸਰੀਰ ਕਰਕੇ ਨਹੀਂ ਲੇਕਿਨ ਉਹਨਾਂ ਦੀਆਂ ਚੰਗਿਆਈਆਂ ਸਦਾ ਜ਼ਿੰਦਾ ਰਹਿੰਦੀਆਂ ਹਨ ਸੰਸਾਰ ਇੱਕ ਸੁਪਨਾ ਹੈ ਜਿਸ ਨੇ ਸੰਸਾਰ ਨੂੰ ਸੱਚ ਮੰਨ ਲਿਆ ਉਹਦਾ ਆਉਣਾ ਕਦੇ ਸਫਲ ਨਹੀਂ ਹੋ ਸਕਦਾ ਕਿਉਂਕਿ ਸੰਸਾਰ ਝੂਠ ਹੈ ਸੰਸਾਰ ਸੁਪਨਾ ਹੈ ਇੱਕ ਰਾਜਾ ਜਿਸ ਦਾ ਇਕਲੌਤਾ ਪੁੱਤਰ ਮੁੱਦਤ ਤੋਂ ਬਿਮਾਰ ਹੈ ਬੜੇ ਯਤਨ ਕੀਤੇ ਬੜੇ ਇਲਾਜ ਕਰਾਏ ਜਿਉਂ ਜਿਉਂ ਇਲਾਜ ਕਰਵਾਏ ਹਾਲਤ ਖਰਾਬ ਹੁੰਦੀ ਅੱਜ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ ਆਖਿਆ ਹੁਣ ਇਹ ਕੁਝ ਘੜੀਆਂ ਦਾ ਮਹਿਮਾਨ ਹੈ ਉਸ ਬੱਚੇ ਦੇ ਪਲੰਗ ਦੇ ਕੋਲ ਰਾਜਾ ਵੀ ਬੈਠਾ ਹੈ ਰਾਣੀ ਵੀ ਬੈਠੀ ਹੈ ਬੜੇ ਮਯੂਸ ਬੈਠੇ ਹਨ ਕਈ ਰਾਤਾਂ ਜਾਗਦਿਆਂ ਹੋ ਗਈਆਂ ਹਨ ਅੱਜ ਰਾਜੇ ਨੂੰ ਪਲਕ ਭਰ ਨੀਂਦ ਪੈ ਗਈ ਬੈਠਿਆਂ ਬੈਠਿਆਂ ਜਦੋਂ ਨੀਂਦ ਪਈ ਤਾਂ ਕੀ ਤੱਕਿਆ ਕਿ ਮੇਰਾ
जन्म होया फिर मैं जवान होया हां, मापिया ने ब्याह कर दिता है, ते ब्याह तो बाद मेरे घर 6 पुत्र होए हैं, ते राजा उना दे नाल बैठ के रंग रलियां बिलाश कर रहा है, खा पी रहा है, बड़े आनंद विच बैठा है। इधर उस बच्चे ने जो बीमार सी उसने शरीर त्याग दिता, ते राणी दे मुख तो चीक निकल गई, जा राणी ने ता मारी ता राजे दी जाग उगड़ी, आख्या शरीर त्याग गया बच्चा, ते राजे दा हासा निकल गया, राजा हसन लग गया। राणी कहिंदी है इकलौता पुत्र मर जावे ते तुसी हस रहे हो, आख्या राणी आ जेड़ी पलक भर नींद आई सी ना मैनू, मैं किसे आनंद विच बैठा होया सा, मेरे घर 6 पुत्र होए, उना नाल बिलास खाना पीना हसना आनंद विच बैठा सा, जदों मेरी जाग उगड़ी ओ 6 पुत्र मेरे तो विछड़ गए, ते मैं हसिया ता हां कि मैं हुण इस नूं रोवां जां उना नूं रोवां। उचारण करो श्री वाहिगुरु। इसलिए यह संसार सुपना है। धन धन श्री गुरु तेग बहादुर सच्चे पातशाह कहिंदे ने, जो सुपना अर पेखना ऐसे जग को जान, इन में कछ साचो नहीं, नानक के हो बखान। इसलिए हजूर बख्शिश कर दिया न भाई, अनक जतन कर काया पाली, मरती बार अगन संग जाली। मनुख जो कुछ करदा है इस शरीर लई करदा है, चंगे वस्त्र पहनदा है, चंगियां खुराकां खांदा है, चंगियां सुगंधियां लाउंदा है, चंगियां सेजावां मानदा है, इसने जो कुछ भी कीता है अज तक अपने शरीर लई कीता है, ते जिदे आसरे ते ए शरीर चल रहा है उस आत्मा नूं कदे कीर्तन दा नाम दा भोजन नहीं दिता, उस आत्मा नूं कदे सत संगत दी सुगंधी नहीं लाई, उस आत्मा नूं कदे गुरु दी कृपा दे वस्त्र नहीं पहनाए। हजूर कहिंदियां भाई जिस शरीर लई तू बहुत कुछ करदा रहा ना, वो तां एक दिन एक स्वाह दी मुठ्ठी रह जाएगा। अनक जतन कर काया पाली, मरती बार अगन संग जाली, चोहा चंदन मर्दन अंगा, सो तन जले काठ के संगा, कहत कबीर सुनोरे गुनिया, बिन से गो रूप देखे सब दुनिया। इसलिए भाई जे तेनू परमात्मा दे मिलन दी सिक है, तू चाहुंदा है कि मेरा संसार ते आया सफल हो जावे, ता फिर प्रभ मिलवे की आलसा, ता ते आलस कहां करो रे। जे तैनू प्रभु दे मिलन दी लालसा है ता फिर तू अमृत वेले उठ, इशनान कर, सत संगत विच बह के जप श्री वाहिगुरु। आ जो कुछ तू वेख रहे है ए जग धुएं का पहाड़, ए जगत ता धुएं दा पहाड़ है भाई, कोई कितना भी धनाड होवे अंत समय नाल कुछ नहीं जांदा। कबीर जी वेखदे सन ना एक सेठ, बड़ा सेठ, जिसने रात दिन कमाई विच ही गुजारनी, कोई समा सतसंगत विच नहीं गुजारना, ना ही अपनी कमाई विच्चों किसे चंगे पासे लाउना है। ए शरीर जदों छड़ गया सेठ, तां कबीर जी ने की तकिया, जदों इस दे शरीर नूं लकड़ां ते पान लगे, तां इस सेठ ने एक सोने दी चैन अपने लक नाल बनी हुई सी, ते जदों इस दे शरीर नूं लकड़ां ते पान लगे
ਤਾਂ ਘਰ ਵਾਲਿਆਂ ਨੇ ਉਹ ਚੈਨ ਵੀ ਉਤਾਰ ਲਈ ਤੇ ਕਬੀਰ ਜੀ ਫਿਰ ਅੱਖੀ ਵੇਖ ਕੇ ਲਿਖਦੇ ਹਨ, ਕਬੀਰ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਬਾਰ ਨਾ ਕੁਛ ਮਿਲਿਓ ਲਈ ਲੰਗੋਟੀ ਤੋੜ। ਉਹ ਚੈਨੀ ਵੀ ਲਹਾ ਲਈ ਉਹਨਾਂ ਨੇ ਤੇ ਤੇਰੇ ਨਾਲ ਬਈ ਕੀ ਜਾਏਗਾ। ਆਖਿਆ ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਨਾਮ ਤੇਰੇ ਨਾਲ ਜਾਏਗਾ, ਨਾਮ ਦਾ ਧਨ ਇਕੱਠਾ ਕਰ, ਨਾਮ ਦਾ ਵਣਜ ਕਰ, ਕਿਉਂਕਿ ਤੂੰ ਸੰਸਾਰ ਵਿੱਚ ਨਾਮ ਜਪਣ ਲਈ ਆਏ। ਪ੍ਰਭ ਮਿਲ ਬੇਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋਰੀ। ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੁੰਦੀ ਤਾਂ ਤੂੰ ਆਲਸ ਕਦੇ ਨਾ ਕਰਦਾ। ਤੂੰ ਉਸਦਾ ਮੁੱਲ ਇੱਕ ਨੀਂਦ ਨਿਕਾਰੀ ਜਿੰਨਾ ਵੀ ਨਾ ਪਾਇਆ। ਸਿਮਰਨ ਵਿੱਚ ਮਨ ਨਹੀਂ ਜੋੜਿਆ, ਜੇ ਫਿਰ ਅੰਮ੍ਰਿਤ ਵੇਲੇ ਤੇਰੀ ਅੱਖ ਲੱਗੀ। ਸਾਹਿਬ ਦੱਸਦੇ ਹਨ ਕਿ ਸੁੱਤੀ ਸੁੱਤੀ ਝਾਲ ਥੀਆ ਫਿਰ ਪਉ ਫੁੱਟ ਗਈ, ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ। ਉਹ ਰਸਤਾ ਵੀ ਭੁੱਲ ਗਿਆ ਜਿਸ ਰਾਹੇ ਤੁਰਨਾ ਸੀ, ਜਿਸ ਰਾਹ ਜਾਣਾ ਸੀ ਉਹ ਰਾਹ ਦਾ ਚੇਤਾ ਹੀ ਨਹੀਂ ਰਿਹਾ, ਕਿਉਂਕਿ ਦਿਨ ਚੜਿਆ ਅੱਖ ਖੁੱਲੀ ਤੇ ਫਿਰ ਨਾਤਾ ਤੋਤਾ, ਫਿਰ ਕੰਮਾਂ ਦੀ ਕਾਲੀ, ਫਿਰ ਨਿਤਨੇਮ ਤਾਂ ਗਿਆ। ਨਿਤਨੇਮ ਦਾ ਸਮਾਂ ਤੂੰ ਸੌਂ ਕੇ ਬਤੀਤ ਕਰ ਦਿੱਤਾ, ਮਾਰਗ ਤਾਂ ਖੁੰਝ ਗਿਆ ਨਾ। ਜਿਸ ਰਾਹੇ ਸਿੱਖ ਨੇ ਜਾਣਾ ਸੀ ਉਸ ਰਾਹ ਦਾ ਪਾਂਧੀ ਨਾ ਬਣਿਆ। ਇਹ ਤਾਂ ਕੋਈ ਵਿਰਲਾ ਹੈ ਜੋ ਆਖੇ ਬਈ ਮੈਂ ਪਹਿਲਾਂ ਨਿਤਨੇਮ ਕਰਨਾ ਤੇ ਫਿਰ ਕਾਰ ਵਿਹਾਰ ਤੇ ਜਾਣਾ ਭਾਵੇਂ ਕੁਛ ਹੋ ਜਾਏ। ਪਰ ਐਸਾ ਕੋਈ ਵਿਰਲਾ ਹੀ ਮਨੁੱਖ ਹੈ। ਇਸ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਭਾਈ ਤੂੰ ਜੋ ਕੁਝ ਕਰ ਰਿਹਾ ਸਰੀਰ ਵਾਸਤੇ ਕਰ ਰਿਹਾ। ਸਰੀਰ ਨਾ ਰਹੇਗਾ ਪਰ ਤੂੰ ਫਿਰ ਵੀ ਰਹੇਗਾ। ਇਸ ਲਈ ਜਿਹੜੀ ਵਸਤੂ ਰਹਿਣੀ ਹੈ ਨਾ ਉਹਦੇ ਲਈ ਵੀ ਕੁਝ ਕਰ, ਉਸ ਆਤਮਾ ਨੂੰ ਵੀ ਨਾਮ ਦਾ ਭੋਜਨ ਦੇ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਹਾ ਚੰਦਨ ਚੋਹਾ ਚੰਦਨ ਮਰਦਨ ਅੰਗਾ, ਚੋਹਾ ਚੰਦਨ ਮਰਦਨ ਅੰਗਾ, ਸੋਤਨ ਜਲੇ ਕਾਠ ਕੇ ਸੰਗਾ, ਕਹਿਤ ਕਬੀਰ ਸੁਨੋ ਰੇ ਗੁਨੀਆ, ਬਿਨ ਸੇ ਗੋ ਰੂਪ ਦੇਖੇ ਸਭ ਦੁਨੀਆ, ਬਿਨ ਸੇ ਗੋ ਰੂਪ ਦੇਖੇ ਸਭ ਦੁਨੀਆ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਉਪਜੇ ਨਿਪਜੇ ਨਿਪਜ ਸਮਾਈ, ਉਪਜੇ ਨਿਪਜੇ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਫਰੀਦਾ। ਦਰੀਆ ਵੇ ਕੰਨੇ ਬੱਗਲਾ, ਫਰੀਦਾ ਦਰੀਆ ਵੇ ਕੰਨੇ ਬੱਗਲਾ, ਬੈਠਾ ਕੇਲ ਕਰੇ। ਫਰੀਦ ਜੀ ਸੈਰ ਕਰਦੇ ਜਾ ਰਹੇ ਹਨ ਨਦੀ ਦੇ ਕਿਨਾਰੇ ਕਿਨਾਰੇ, ਤੇ ਕੀ ਤੱਕਿਆ ਕਿ ਬਗਲਾ ਬੈਠਾ ਹੈ ਮੱਛੀ ਨੂੰ ਪਕੜ ਕੇ, ਕਦੀ ਉੱਪਰ ਉਛਾਲਦਾ ਕਦੀ ਥੱਲਿਓਂ ਚੁੱਕਦਾ, ਕੇਲ ਕਰ ਰਿਹਾ, ਬੈਠਾ ਕੇਲ ਕਰੇ। ਬਸ ਅਜੇ ਮੱਛੀ ਮੁੱਖ ਵਿੱਚ ਹੀ ਸੀ ਕਿ ਉਪਰੋਂ ਬਾਜ ਨੇ ਜਿਉਂ ਚਪਟ ਮਾਰੀ, ਮੱਛੀ ਸਮੇਤ ਬਗਲੇ ਨੂੰ ਚੁੱਕ ਕੇ ਲੈ ਗਈ।
ਫਰੀਦ ਜੀ ਕਹਿੰਦੇ ਹਨ ਇਹ ਮਨੁੱਖ ਤੂੰ ਵੀ ਉਸੇ ਹੀ ਨਦੀ ਦੇ ਕਿਨਾਰੇ ਤੇ ਬੈਠਾ ਖੇਲ ਕਰ ਰਿਹਾ ਦੁਨੀਆਂ ਤੇ ਪਦਾਰਥ ਭੋਗ ਰਿਹਾ ਰੰਗ ਰਲੀਆਂ ਮਾਣ ਰਿਹਾ ਤੇ ਮੌਤ ਰੂਪੀ ਬਾਜ ਜਦੋਂ ਆਏਗਾ ਨਾ ਇਹ ਖੁਸ਼ੀਆਂ ਇਹ ਰੰਗ ਰਲੀਆਂ ਇਹ ਦੁਨੀਆਂ ਦੇ ਪਦਾਰਥ ਸਭ ਇੱਥੇ ਹੀ ਰਹਿ ਜਾਣਗੇ ਭੁੱਲ ਜਾਣਗੇ। ਫਰੀਦ ਜੀ ਨੇ ਸ਼ਲੋਕ ਉਚਾਰਨ ਕੀਤਾ ਫਰੀਦਾ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਦੇ ਹੰਝ ਨੂੰ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਪਤਾ ਨਹੀਂ ਕਿਸ ਵੇਲੇ ਕਾਲ ਨੇ ਝਪਟ ਮਾਰ ਲੈਣੀ ਹੈ ਭਾਈ ਇਹ ਅਮੋਲਕ ਸਵਾਸ ਜੋ ਲੱਖੀ ਵੀ ਹੱਥ ਨਹੀਂ ਆ ਸਕਦੇ। ਇੱਕ ਬਜ਼ੁਰਗ ਬਾਬਾ ਸਰੀਰ ਛੱਡਣ ਲੱਗਾ ਸਰੀਰ ਤਿਆਗਣ ਲੱਗਾ ਵੱਡਾ ਪਰਿਵਾਰ ਸੀ ਤੇ ਪਰਿਵਾਰ ਦੇ ਸਾਰੇ ਜੀ ਆ ਖੜੋਤੇ ਬਾਬਾ ਕੋਈ ਜਾਂਦੀ ਮੇਰਾ ਸੁਮਤੀ ਦੇ ਜਾ। ਇਸ ਬਜ਼ੁਰਗ ਨੇ ਕਿਹਾ ਬਈ ਮੈਂ ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਕਮਾ ਕੇ ਦਿੱਤਾ ਕਰੋੜਾਂ ਹੀ ਕਮਾ ਕੇ ਦਿੱਤੇ ਹਨ ਤੇ ਹੁਣ ਮੇਰੇ ਸਵਾਸ ਸਮਾਪਤ ਹਨ ਇਸ ਲਈ ਕੁਝ ਪੈਸੇ ਖਰਚ ਕਰਕੇ ਜੇ ਸਵਾਸ ਲੈ ਆਵੋ ਤਾਂ ਮੈਂ ਤੁਹਾਨੂੰ ਸੁਮਤੀ ਦੇ ਦਿੰਦਾ। ਸਾਰਿਆਂ ਨੇ ਨੀਵੀਆਂ ਪਾ ਲਈਆਂ ਬਾਬਾ ਇਹ ਸਵਾਸ ਤਾਂ ਕਿਸੇ ਵੀ ਕੀਮਤ ਤੋਂ ਨਹੀਂ ਮਿਲ ਸਕਦੇ। ਤਾਂ ਫਿਰ ਇਸ ਬਜ਼ੁਰਗ ਨੇ ਆਖਿਆ ਜਿਹੜੀ ਵਸਤੂ ਕਿਸੇ ਵੀ ਕੀਮਤ ਤੋਂ ਨਹੀਂ ਮਿਲ ਸਕਦੀ ਜਿਹੜੀ ਵਸਤੂ ਐਡੀ ਅਮੋਲਕ ਹੈ ਫਿਰ ਉਹਨਾਂ ਸਵਾਸਾਂ ਨੂੰ ਬਾਈ ਜਪ ਜਪ ਕੇ ਸਫਲ ਕਰ ਲਓ ਉਹਨਾਂ ਸਵਾਸਾਂ ਦੇ ਨਾਲ ਈਸ਼ਵਰ ਦੀ ਬੰਦਗੀ ਕਰ ਲਓ ਭਗਤੀ ਕਰ ਲਓ ਇੱਥੇ ਉੱਥੇ ਜਿੱਥੇ ਕਿੱਥੇ ਨਾਮ ਤੁਹਾਡਾ ਸਹਾਈ ਹੋਵੇਗਾ। ਇਸ ਲਈ ਨੈਨੋ ਦੇਖਤ ਇਹ ਜਗ ਜਾਏ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ ਸਿਮਰੀਏ। ਹਜ਼ੂਰ ਕਹਿੰਦੇ ਹਨ ਮਰਨਾ ਸੱਚ ਹੈ ਤੇ ਜੇ ਮਰਨਾ ਸੱਚ ਸਮਝਿਆ ਤਾਂ ਫਿਰ ਸੱਦਨ ਹਾਰਾ ਸਿਮਰੀਏ ਜਿਸਨੇ ਤੈਨੂੰ ਭੇਜਿਆ ਨਾ ਉਸਨੇ ਬੁਲਾਉਣਾ ਵੀ ਹੈ ਤੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੇਗਾ ਤਾਂ ਇੱਥੇ ਉੱਥੇ ਕਦੇ ਤੇਰੀ ਬਾਂਹ ਨਹੀਂ ਛੱਡੇਗਾ ਨਾਮ ਤੇਰੀ ਸਹਾਇਤਾ ਕਰੇਗਾ। ਜਿਸ ਮਾਰਗ ਤੇ ਤੂੰ ਜਾਣਾ ਹੈ ਉਸ ਮਾਰਗ ਦੇ ਮੀਲ ਕੋਈ ਗਿਣ ਨਹੀਂ ਸਕਿਆ ਜੈ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ। ਆਖਿਆ ਹਰੀ ਦਾ ਨਾਮ ਹੀ ਤੋਸਾ ਬਣ ਕੇ 36 ਪ੍ਰਕਾਰ ਦੇ ਭੋਜਨ ਬਣ ਕੇ ਤੇਰੀ ਭੁੱਖ ਮਿਟਾਏਗਾ ਤੇਰੀ ਤ੍ਰਿਖਾ ਬੁਝਾਏਗਾ ਤੈਨੂੰ ਰੋਸ਼ਨੀ ਦੇਵੇਗਾ ਰਸਤਾ ਦੇਵੇਗਾ ਨਾਮ ਹੀ। ਤੂੰ ਸਮਝੇਗਾ ਉਸ ਰਸਤੇ ਮੇਰੇ ਨਾਲ ਕੋਈ ਨਹੀਂ ਜੇ ਤੂੰ ਨਿਤਨੇਮ ਕੀਤਾ ਹੋਵੇਗਾ ਨਾਮ ਜਪਿਆ ਹੋਵੇਗਾ ਤਾਂ ਨਾਮ ਹੀ ਸੱਚਾ ਮਿੱਤਰ ਤੇਰੇ ਨਾਲ ਹੋਵੇਗਾ ਤੈਨੂੰ ਉਦਾਸ ਨਹੀਂ ਹੋਣ ਦੇਵੇਗਾ। ਇੱਕ ਰਾਜਾ ਜਿਸ ਦੀ ਘਰਵਾਲੀ ਬਹੁਤ ਗੁਰਮੁਖ ਸੀ ਅੰਮ੍ਰਿਤ ਵੇਲੇ ਜਾਗਣਾ ਨਿਤਨੇਮ ਕਰਨਾ ਤੇ ਰਾਜੇ ਨੂੰ ਵੀ ਕਹਿਣਾ ਬਈ ਰਾਜਨ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰ ਨਿਤਨੇਮ ਕੀਤਾ ਕਰ ਬੇਸ਼ੱਕ ਇਹ ਰਾਜ ਪਾਗ ਹਾਥੀ ਘੋੜੇ ਲਸ਼ਕਰ ਇੱਜ਼ਤ ਮਾਨ ਸਤਿਕਾਰ ਤੇਰਾ ਹੈ ਤੈਨੂੰ ਕੋਈ ਕਮੀ ਨਹੀਂ ਇੱਥੇ
ਪਰ ਜਦੋਂ ਦਰਗਾਹ ਨੂੰ ਜਾਵੇਗਾ ਤਾਂ ਦਰਗਾਹ ਵਿੱਚ ਤਾਂ ਭਾਈ ਨਾਮ ਹੀ ਤੇਰੀ ਸਹਾਇਤਾ ਕਰੇਗਾ। ਅਖੀਰ ਜਦੋਂ ਨਹੀਂ ਮੰਨਿਆ, ਬੜੇ ਯਤਨ ਕੀਤੇ ਰਾਣੀ ਨੇ ਭਾਈ ਇਹ ਕੁਝ ਨਿਤਨੇਮ ਕਰ ਸਕੇ, ਤੇ ਜਦੋਂ ਨਹੀਂ ਮੰਨਿਆ ਤਾਂ ਇੱਕ ਦਿਨ ਰਾਣੀ ਨੇ ਆਖਿਆ ਤੂੰ ਬੜਾ ਮੂਰਖ ਹੈ। ਰਾਜੇ ਦੇ ਮਨ ਵਿੱਚ ਖਿਆਲ ਆਇਆ ਕਿ ਕੋਈ ਕਮੀ ਮੇਰੇ ਵਿੱਚ ਹੈ, ਤਦੇ ਹੀ ਮੇਰੀ ਰਾਣੀ ਨੇ ਮੈਨੂੰ ਮੂਰਖ ਕਿਹਾ। ਸਾਰੇ ਸ਼ਹਿਰ ਦੇ ਮੂਰਖ ਇਕੱਠੇ ਕਰ ਲਏ ਤੇ ਇੱਕ ਜਿਹੜਾ ਸਾਰਿਆਂ ਤੋਂ ਵੱਡਾ ਮੂਰਖ ਸੀ ਉਸਨੂੰ ਚਾਂਦੀ ਦੀ ਛੜੀ ਦੇ ਦਿੱਤੀ, ਸੋਟੀ ਦੇ ਦਿੱਤੀ। ਜਦੋਂ ਤੈਨੂੰ ਆਪ ਤੋਂ ਵੱਧ ਮੂਰਖ ਮਿਲੇ ਤਾਂ ਇਹ ਸੋਟੀ ਉਸਨੂੰ ਦੇ ਦੇ। ਸਮਾਂ ਪਾ ਕੇ ਰਾਜਾ ਬਿਮਾਰ ਪੈ ਗਿਆ। ਐਸਾ ਰੋਗ ਲੱਗਿਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ, ਰਾਜਨ ਹੁਣ ਤੂੰ ਕੁਝ ਘੜੀਆਂ ਦਾ ਮਹਿਮਾਨ ਹੈ। ਤਾਂ ਰਾਜੇ ਨੇ ਉਸ ਵੱਡੇ ਮੂਰਖ ਨੂੰ ਬੁਲਾ ਕੇ ਪੁੱਛਿਆ, ਬਈ ਆਪ ਤੋਂ ਵੱਡਾ ਕੋਈ ਤੈਨੂੰ ਮੂਰਖ ਮਿਲਿਆ ਜਾਂ ਨਹੀਂ ਮਿਲਿਆ? ਆਖਿਆ, ਜੀ ਨਹੀਂ ਮਿਲਿਆ। ਤੇ ਤੁਸੀਂ ਕਿੱਥੇ ਜਾ ਰਹੇ ਹੋ? ਉਸ ਮੂਰਖ ਨੇ ਪੁੱਛਿਆ। ਆਖਿਆ, ਮੈਂ ਹੁਣ ਜਿੱਥੇ ਜਾ ਰਿਹਾ ਉੱਥੋਂ ਕੋਈ ਮੁੜ ਕੇ ਕਦੇ ਨਹੀਂ ਆਇਆ, ਤੇ ਇਸ ਮਾਰਗ ਦੇ ਕੋਈ ਮੀਲ ਵੀ ਨਹੀਂ ਗਿਣ ਸਕਿਆ। ਤਾਂ ਉਹ ਮੂਰਖ ਕਹਿੰਦਾ, ਬਈ ਜਦੋਂ ਤੁਸੀਂ ਥੋੜੀ ਦੂਰ ਜਾਣਾ ਹੁੰਦਾ ਸੀ 100-50 ਮੀਲ, ਬੜੇ ਪਦਾਰਥ ਬੜੇ ਤੋਸ਼ੇ ਬਣਾ ਕੇ ਨਾਲ ਲੈ ਜਾਂਦੇ ਸੀ, ਤੇ ਜਿੱਥੋਂ ਜਾ ਕੇ ਤੁਸੀਂ ਮੁੜਨਾ ਵੀ ਨਹੀਂ, ਉੱਥੇ ਕੀ ਲੈ ਚੱਲੇ ਹੋ? ਆਖਿਆ, ਉੱਥੇ ਤਾਂ ਕੇਵਲ ਨਾਮ ਜਪ ਲੈ ਜਾਂਦਾ, ਤੇ ਨਾਮ ਮੈਂ ਜਪ ਨਹੀਂ ਸਕਿਆ। ਤਾਂ ਉਸ ਮੂਰਖ ਨੇ ਕਿਹਾ, ਬਈ ਮੈਂ ਐਵੇਂ ਫਿਰ ਬਾਹਰ ਭਾਲ ਕਰ ਰਿਹਾ ਹਾਂ ਮੂਰਖ ਦੀ? ਸਭ ਤੋਂ ਵੱਡਾ ਮੂਰਖ ਤਾਂ ਤੂੰ ਹੈ, ਜਿਸ ਨੇ ਇਤਨੇ ਸੁੱਖ ਪ੍ਰਾਪਤ ਕਰਕੇ ਇਤਨੀਆਂ ਖੁਸ਼ੀਆਂ ਮਾਣ ਕੇ ਪ੍ਰਭੂ ਦਾ ਸ਼ੁਕਰਾਨਾ ਨਹੀਂ ਕੀਤਾ, ਤੇਰਾ ਆਉਣਾ ਕਿਸ ਕੰਮ ਹੈ? ਤੇ ਮੈਂ ਮੂਰਖ ਐਵੇਂ ਬਾਹਰ ਪਾਲਦਾ ਫਿਰਦਾ, ਆ ਲੈ ਸੋਟੀ ਆਪਣੀ ਫੜ ਲੈ, ਵੱਡਾ ਮੂਰਖ ਤੂੰ ਹੈ। ਉਸ ਵੇਲੇ ਨੇਤਰਾਂ ਤੋਂ ਜਲ ਆ ਗਿਆ। ਤੋ ਕਹਿਣ ਤੋਂ ਭਾਵ ਕਿ ਹਜ਼ੂਰ ਕਹਿੰਦੇ ਹਨ, ਨਾਮ ਹੀ ਤੇਰੀ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ। ਤੋ ਗੁਰੂ ਕਿਰਪਾ ਕਰੇ ਅਸੀਂ ਸਾਰੇ ਗੁਰੂ ਸ਼ਬਦ ਦੇ ਨਾਲ ਜੁੜ ਕੇ ਗੁਰੂ ਕੀਆਂ ਖੁਸ਼ੀਆਂ ਆਪਣਾ ਮਨੁੱਛਾ ਜਨਮ ਸਫਲ ਕਰ ਸਕੀਏ। ਇਹ ਸੰਸਾਰ ਤਾਂ ਬਈ ਜਾ ਰਿਹਾ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਉਪਜ ਸਮਾਈ, ਉਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ, ਨੈਨੋ ਦੇਖਤ ਇਹ ਜਗ ਜਾਈ।